ਚੌਨੇ ਦੀ ਸਿੱਧੀ ਬਜਾਈ ਦੇ ਨਾਲ ਸੰਬੰਧਿਤ ਤਿੰਨ ਚੀਜ਼ਾਂ ਜਾਂ ਤਿੰਨ ਗੱਲਾਂ ਕਰਾਂਗੇ ਪਹਿਲਾਂ ਤਾਂ 21 ਦਿਨ ਪਹਿਲਾਂ ਵਿਜਿਆ ਝੋਨਾ ਦੇਖਾਂਗੇ ਬਿਨਾ ਪਾਣੀ ਤੋਂ 16 ਦਿਨ ਵਾਲਾ ਝੋਨਾ ਦੇਖਾਂਗੇ ਤੇ ਜਿਹੜੇ ਝੋਨੇ ਨੂੰ ਪਾਣੀ ਲਾ ਦਿੱਤਾ ਸੀਗਾ ਉਹਦੀ ਕੰਡੀਸ਼ਨ ਦੇਖਾਂਗੇ ਇਹਦੇ ਨਾਲ ਨਾਲ ਜਿਹੜਾ ਗਰਮੀ ਕਰਕੇ ਉਤੋਂ ਪੱਤੇ ਸੁੱਕ ਰਹੇ ਆ ਉਹਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਕੁਲਦੀਪ ਸਿੰਘ ਸ਼ੇਰਗੱਲ ਮਖਾਈ ਵੱਲੋਂ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਜੇਕਰ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਤੇ ਨਵੇਂ ਲਾਲ ਬਟਨ ਉਹ ਕੇ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ Facebook ਤੇ Facebook ਪੇਜ ਮੇਰਾ ਪੰਜਾਬ ਮੇਰਾ ਕਿਸਾਨ ਜੁਆਇਨ ਕਰ ਸਕਦੇ ਹੋ ਦੋਸਤੋ ਇਹ ਜਿਹੜਾ ਖੇਤ ਦੇਖ ਰਹੇ ਹੋ ਨਾ ਇਹ ਆਪਣੇ ਨੌਜਵਾਨ ਕਿਸਾਨ ਹੈ ਇਹ ਨਾਮ ਹੈ ਗੁਰਦੇਵ ਸਿੰਘ ਪਿੰਡ ਹੈ ਉੱਚਾ ਜ਼ਿਲ੍ਹਾ ਕਪੂਰਥਲਾ 21 ਦਿਨ ਪਹਿਲਾਂ ਤਰ ਬਤਰ ਖੇਤ ਜ਼ਮੀਨ ਦੇ ਵਿੱਚ 12 ਘੰਟੇ ਭਿਉ ਕੇ ਝੋਨਾ ਬੀਜਿਆ ਸੀਗਾ ਤੇ ਹੁਣ ਇਹੇ ਪਾਣੀ ਦੀ ਸ਼ੁਰੂਆਤ ਕਰ ਰਿਹਾ 21 ਦਿਨਾਂ ਬਾਅਦ ਨੰਬਰ ਉੱਪਰ ਦਿੱਤਾ ਹੈ ਬੂਟੇ ਦੇਖ ਲਓ ਕੋਈ ਪੀਲਾ ਪਿਆ ਹੋਵੇ ਕਮੈਂਟ ਕਰਕੇ ਦੱਸਣਾ ਤਾਂ ਇੱਕ ਇੱਕ ਬੂਟਾ ਪੂਰਾ ਸਟਰੋਂਗ ਤੇ ਕਾਮਯਾਬੀ ਦੇ ਨਾਲ ਖੜਾ ਹੈ ਹੁਣ ਐਸੇ ਕਿਸਾਨ ਨੇ ਕਿਸੇ ਕਾਰਨ ਵਸ਼ ਆਪਣੇ ਇੱਕ ਖੇਤ ਨੂੰ ਪਾਣੀ ਲਾਇਆ ਸੀਗਾ ਕਿਸਾਨ ਦਾ ਕਹਿਣਾ ਹੈ ਕਿ ਇਹ ਇੱਕ ਤਾਂ ਆੜੜ ਕੇ ਬਾਹਰ ਨਿਕਲ ਰਿਹਾ ਹੈ ਦੂਜਾ ਤੁਸੀਂ ਫੋਟੋ 'ਚ ਦੇਖ ਸਕਦੇ ਹੋ ਕਿ ਕਿੰਨੇ ਜਿਹੜੇ ਦਾਣੇ ਐ ਪੀਲੇ ਐ ਜੇ ਤੁਸੀਂ ਦੋਵਾਂ ਦੀ ਮੈਂ ਸਕਰੀਨਸ਼ਾਟ ਲੈ ਕੇ ਤੁਹਾਨੂੰ ਇੱਥੇ ਸ਼ੇਅਰ ਕਰਦਾ ਹਾਂ ਦੇਖੋ ਕਿ ਇੱਕ ਪਾਸੇ ਉਹ ਝੋਨਾ ਜਿਹਨੂੰ ਪਾਣੀ ਨਹੀਂ ਲੱਗਿਆ ਹਰਾ ਕਚਾਰ ਦੂਜੇ ਪਾਸੇ ਉਹ ਝੋਨਾ ਜਿਹਨੂੰ ਪਾਣੀ ਲੱਗਿਆ ਕਿਸਾਨ ਇੱਕੋ ਹੀ ਹੈ ਤੇ ਉਹਦੇ ਵਿੱਚ ਪੀਲਾਪਨ ਆ ਗਿਆ ਤਾਂ ਪੀਲਾਪਨ ਜੇ ਨਹੀਂ ਵੀ ਆਉਂਦਾ ਤਾਂ ਵੀ ਜੇ 21 ਦਿਨ ਤੱਕ ਝੋਨਾ ਬਿਨਾਂ ਪਾਣੀ ਤੋਂ ਰਹਿ ਸਕਦਾ ਤੇ ਅਸੀਂ ਪਾਣੀ ਦੇਣਾ ਕਿਉਂ ਅਸੀਂ ਜਿਹੜਾ ਹੈਗਾ ਕਾਹ ਤੋਂ ਆਪਣਾ ਜਿਹੜਾ ਇੰਨੀ ਗਰਮੀ ਦੇ ਵਿੱਚ ਟਾਈਮ ਵੇਸਟ ਕਰਨਾ ਕਾਹ ਤੋਂ ਪਾਣੀ ਖਰਾਬ ਕਰਨਾ ਤਾ 21 ਦਿਨ ਤੱਕ ਕੁਝ ਨਹੀਂ ਵਿਗੜਿਆ ਹੁਣਾ ਜਿਹੜਾ ਦੂਸਰਾ ਤੁਸੀਂ ਝੋਨਾ ਦੇਖੋਗੇ ਇਹ 16 ਦਿਨ ਪਹਿਲਾਂ ਬੀਜਿਆ ਹੋਇਆ ਹੈ ਪਾਣੀ ਨਹੀਂ ਲਾਇਆ ਤਰਵੱਤਰ ਖੇਤ ਬੀਜਿਆ ਤੁਸੀਂ ਦੇਖੋ ਜਿਹੜੀ ਲੂ ਚੱਲਦੀ ਹੈ ਨਾ ਜਿਹੜਾ 47 ਡਿਗਰੀ ਤਾਪਮਾਨ ਹੈ ਉਹਦੇ ਕਰਕੇ ਪੱਤੇ ਉੱਤੋਂ ਸੜਨੇ ਸ਼ੁਰੂ ਹੋ ਗਏ ਪਰੰਤੂ ਇਹ ਪਿਛਲੇ ਸਾਲ ਵੀ ਹੋਇਆ ਸੀਗਾ ਇਹਦੇ ਨਾਲ ਕੁਝ ਨਹੀਂ ਵਿਗੜਦਾ ਮਤਲਬ ਇਹ ਅਸਲ ਦੇ ਵਿੱਚ ਤਾਂ ਇਹ ਵੀਡੀਓ ਜਿਹੜੀ ਤੁਸੀਂ ਹੁਣ ਦੇਖ ਰਹੇ ਹੋ ਨਾ ਇਹ ਪਿਛਲੇ ਸਾਲ ਦੀ ਵੀਡੀਓ ਹੈ ਇਹ ਮੇਰੇ ਹੀ ਖੇਤ ਦੀ ਵੀਡੀਓ ਹੈ ਜੀ ਦੇ ਵਿੱਚ ਉੱਤੋਂ ਝੋਨਾ ਸੜ ਗਿਆ ਸੀਗਾ ਤੇ ਸੜਨ ਤੋਂ ਬਾਅਦ ਦੇ ਵਿੱਚ ਇਹ ਅੱਧੀ ਅੱਧੀ ਇੰਚ ਉੱਪਰੋਂ ਪੱਤੇ ਸੜੇ ਸੀਗੇ ਪਰੰਤੂ ਬੂਟਾ ਬਹੁਤ ਹੀ ਜ਼ਿਆਦਾ ਵਧੀਆ ਸੀਗਾ ਜੇਕਰ ਤੁਸੀਂ ਇਸ ਲੂ ਤੋਂ ਡਰਦੇ ਹੋਏ ਪਾਣੀ ਲਾ ਦੇਵੋਗੇ ਤਾਂ ਉਹਦੇ ਨਾਲ ਤੁਹਾਡਾ ਹੀ ਨੁਕਸਾਨ ਹੈ ਜਿੰਨਾ ਲੇਟ ਪਾਣੀ ਲਾਵਾਂਗੇ ਬੂਟੇ ਦੀਆਂ ਜੜ੍ਹਾਂ ਓਨੀਆਂ ਡੂੰਘੀਆਂ ਜਾਣਗੀਆਂ ਜਿਹੜੀਆਂ ਤੁਹਾਨੂੰ ਅੱਗੇ ਭਵਿੱਖ ਦੇ ਵਿੱਚ ਲਾਭ ਦੇਣਗੀਆਂ ਇਸ ਤਕਨੀਕ ਦੀ ਕਾਮਯਾਬੀ ਇਸ ਦੇ ਵਿੱਚ ਹੈ ਕਿ ਇਹਦੀ ਜੜ ਹੇਠ ਲੀਆਂ ਤਿਆਂ ਦੇ ਵਿੱਚ ਡੂੰਗੀ ਚਲੀ ਜਾਂਦੀ ਹੈ ਤੇ ਉੱਥੋਂ ਪੌਸ਼ਕ ਤੱਤ ਲੈਂਦੀ ਹੈ ਤੇ ਇਹ ਝੋਨਾ ਕਾਮਯਾਬੀ ਦੇ ਨਾਲ ਅੱਗੇ ਵਧਦਾ ਹੈ ਤਾਂ ਭੋਰਾ ਪੋਰਾ ਜਿਹੜਾ ਉਤੋਂ ਸੁੱਕ ਰਿਹਾ ਉਹ ਤੋਂ ਡਰੋ ਨਾ ਬਾਕੀ 29-30 ਮਈ 2020 ਨੂੰ ਵਰਖਾ ਹੋਣ ਵਾਲੀ ਹੈ ਉਹਦੇ ਨਾਲ ਜਿਹੜੀ ਦਿੱਕਤ ਆ ਰਹੀ ਹੈ ਤੁਹਾਡੀ ਉਹ ਦੂਰ ਹੋ ਜੇਗੀ ਇਸ ਤੋਂ ਬਿਨਾ ਇਹ ਤਰੀਕਾ ਤੁਹਾਡੇ ਹੌਸਲੇ ਦੇ ਨਾਲ ਹੀ ਕਾਮਯਾਬ ਹੋਣਾ ਹੈ ਮੈਂ ਸਮਝ ਸਕਦਾ ਹਾਂ ਕਿ ਪਹਿਲੀ ਵਾਰ ਬੀਜਿਆ ਜੇ ਉਤੋਂ ਪੱਤਾ ਸੜਦਾ ਹੈ ਤਾਂ ਦੁੱਖ ਬਹੁਤ ਹੁੰਦਾ ਹੈ ਕਿ ਪਤਾ ਨਹੀਂ ਕਿਤੇ ਸਾਰਾ ਹੀ ਨਾ ਸੜ ਜੇ ਬਾਕੀ ਜਿਹੜੇ ਲੋਕ ਬੋਲਣ ਵਾਲੇ ਰੌਲਾ ਪਾਉਣ ਵਾਲੇ ਉਹ ਕਹਿੰਦੇ ਆ ਕਿ ਇਹ ਪਾਣੀ ਲਾ ਦੇਵੇ ਪਰੰਤੂ ਜੇਕਰ ਤੁਸੀਂ ਸਟੈਂਡ ਤੇ ਕਾਇਮ ਖੜੇ ਹੋ ਤਾਂ ਡਰੋ ਨਾ ਹੌਂਸਲਾ ਰੱਖਿਓ ਜੇਓ ਜਰੂਰ ਕਾਮਯਾਬ ਹੋਵੋਗੇ ਅਗਲੀ ਗੱਲ ਹੁਣ ਇੱਕ ਕੁਐਸਚਨ ਕਿਸਾਨ ਵੀਰੇ ਪੁੱਛ ਰਿਹਾ ਹੈ ਕਿ ਜਿਹੜੀ 29 30 ਨੂੰ ਵਰਖਾ ਹੋਏਗੀ ਕੀ ਉਸ ਤੋਂ ਬਾਅਦ ਪਾਣੀ ਲਾਈਏ ਜਾਂ ਕੋਈ ਨਦੀਨ ਆਸ਼ਕ ਦਵਾਈ ਪਾਈਏ ਤਾਂ ਮੇਰਾ ਉੱਤਰ ਹੈ ਨਹੀਂ ਕਿਉਂ ਨਹੀਂ ਪਾਣੀ ਕਿਉਂਕਿ ਜਿਹੜੀ ਤੁਸੀਂ ਪੈਂਡੀ ਮੈਥਾਲੀਨ ਥੱਲੇ ਪਾਈ ਹੋਈ ਹੈ ਨਾ ਉਹਨੇ ਜ਼ਮੀਨ ਦੇ ਉੱਤੇ ਇੱਕ ਤਹਿ ਬਣਾਈ ਹੈ ਜਦੋਂ ਬਾਰ-ਬਾਰ ਬਾਰ-ਬਾਰ ਪਾਣੀ ਲਾਉਣੇ ਆ ਤਾਂ ਉਹ ਤਹਿ ਜਿਹੜੀ ਹੈਗੀ ਹੈ ਲੀਚ ਡਾਊਨ ਹੋ ਜਾਂਦੀ ਹੈ ਕਮਜ਼ੋਰ ਹੋ ਜਾਂਦੀ ਹੈ ਨਦੀ ਨੁੱਗਣ ਲੱਗ ਪੈਂਦਾ ਹੈ ਜੇ ਇੱਕ ਅੱਧੀ ਵਾਰੀ ਕੋਈ ਵਰਖਾ ਹੋ ਜੇ ਜਾਂ ਪਾਣੀ ਲੱਗ ਜੇ ਤਾਂ ਉਹਦੇ ਨਾਲ ਉਹ ਤੈ ਇੰਨੀ ਕਮਜ਼ੋਰ ਨਹੀਂ ਹੁੰਦੀ ਇਹਦੇ ਕਰਕੇ ਜਿਹੜੇ ਆਪਣੇ ਚੋਨੇ ਆ ਕੋਈ 15 ਦਿਨ ਦਾ ਕੋਈ 10 ਦਿਨ ਦਾ ਕੋਈ 16 ਦਿਨ ਦਾ ਉਹਦੇ ਉੱਤੇ ਵਰਖਾ ਹੋਏਗੀ ਤਾਂ ਕਿਸੇ ਵੀ ਕਿਸਮ ਦੀ ਘਬਰਾਉਣ ਦੀ ਗੱਲ ਨਹੀਂ ਹੈਗੀ ਉਹ ਚੋਨਾ ਵਧੀਆ ਹੋਏਗਾ ਤੇ ਤਰਵਤਰ ਖੇਤ ਦੇ ਵਿੱਚ ਬਜਾਈ ਕਰੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਹਦਾਇਤਾਂ ਦੀ ਪਾਲਣਾ ਕਰੋ ਡਾਕਟਰ ਜਸਵੀਰ ਸਿੰਘ ਗਿੱਲ ਜਿਹੜੇ ਕਿ ਅਸਿਸਟੈਂਟ ਪ੍ਰੋਫੈਸਰ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਉਹਨਾਂ ਦਾ ਨੰਬਰ ਵੀ ਮੈਂ ਤੁਹਾਨੂੰ ਇੱਥੇ ਸ਼ੇਅਰ ਕਰ ਦਿੰਦਾ ਜੇਕਰ ਤੁਸੀਂ ਕੋਈ ਪੁੱਛਣਾ ਹੋਵੇ ਉਹਨਾਂ ਨਾਲ ਵੀ ਗੱਲ ਕਰ ਸਕਦੇ ਤਾਂ ਬਸ ਸਿਰਫ ਤੇ ਸਿਰਫ ਆਪਣਾ ਹੌਸਲਾ ਬਣਾ ਕੇ ਰੱਖਿਓ ਜ요 ਕਿਉਂਕਿ ਮੈਂ ਖੁਦ ਇਸ ਨੂੰ 6ਵੇਂ ਜਾਂ 7ਵੇਂ ਸਾਲ ਇਖਤਰੀ ਬਜਾਈ ਕਰ ਰਿਹਾ ਹਾਂ ਕਦੇ ਕੋਈ ਦਿੱਕਤ ਨਹੀਂ ਆਉਂਦੀ ਤਾਂ ਵਧੀਆ ਤਰੀਕੇ ਦੇ ਨਾਲ ਇਹਦੇ ਵਿੱਚ ਕਾਮਯਾਬ ਹੋਵਾਂਗੇ ਝਾੜ ਵੀ ਵਧੀਆ ਆਊਗਾ ਬਸ ਸਿਰਫ ਤੇ ਸਿਰਫ ਤੁਹਾਡੇ ਹੌਸਲੇ ਦੇ ਉੱਪਰ ਗੱਲ ਟਿਕੀ ਹੈ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ